ਧੋਣ ਦੇ ਸਾਰਾ ਸੁੱਚਾ ਕਰ ਲੈ। ਹਰ ਜਿਸ ਕੰਮ ਕਰਵਾ ਰਹੇ ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੌਰ ਜਿੰਦਰ ਪੰਜਾਬੀ ਵਲੌਗ ਤੁਹਾਡਾ ਸਵਾਗਤ ਕਰਦੇ ਅਤੇ ਕਾਲ ਜਿੰਦਰ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਅਤੇ ਆਹ ਦੇਖੋ ਜੀ ਬਾਬਾ ਜੀ ਦੀਆਂ ਆਉਣ ਦੀਆਂ ਤਿਆਰੀਆਂ, ਅਤੇ ਮੈਂ ਕਿਹਾ ਚਲੋ ਹੁਣੇ ਸ਼ਾਮ ਨੂੰ ਚੰਗੀ ਤਰ੍ਹਾਂ ਵਿਹੜਾ ਵੂੜਾ ਧੋ ਕੇ ਰੱਖ ਦੀ ਆਪਣਾ, ਅਤੇ ਉੱਧਰ ਹਰਜਸ ਆ ਚੁੱਕਿਆ। ਤੁਹਾਨੂੰ ਪਤਾ ਹੀ ਹੈ ਹਰਜਸ ਬਹੁਤ ਸ਼ਰਾਰਤਾਂ ਕਰਦਾ ਅਤੇ ਹਰਜਸ ਦਾ ਕੰਮ ਵੀ ਨਹੀਂ ਕਰਨ ਦਿੰਦਾ, ਨਾਲ ਲੱਗਦਾ ਜਿਹੜਾ ਵੀ ਕੰਮ ਕਰਨਾ ਤੁਸੀਂ ਦੇਖਦੇ ਹੋ ਕਿ ਹਰ ਕੰਮ ਨਹੀਂ ਕਰਨਾ। ਮੈਂ ਕਿਹਾ ਚਲੋ ਨਾਲੇ ਵਲੌਗ ਦੀ ਸ਼ੁਰੂਆਤ ਕਰਦੇ, ਨਾਲੇ ਆਪਣਾ ਵਿਹੜਾ ਚੰਗੀ ਤਰ੍ਹਾਂ ਆਪਾਂ ਧੋ ਦਿੰਦੇ ਹਾਂ। ਵੈਸੇ ਸਾਫ਼ ਸੁਥਰਾ ਪੋਚਾ ਤਾਂ ਮਾਰ ਹੀ ਲਿਆ ਸੀ ਆਪਾਂ ਸਵੇਰੇ, ਅਤੇ ਹੁਣ ਇਹਨੂੰ ਚੰਗੀ ਤਰ੍ਹਾਂ ਧੋ ਦਿੰਦੇ ਹਾਂ ਫਿਰ, ਕਿਉਂਕਿ ਨਾ ਬਾਬਾ ਜੀ ਦਾ ਸਮਾਨ ਸਾਡਾ ਸ਼ਾਮ ਨੂੰ ਇੱਕ ਦਿਨ ਪਹਿਲਾਂ ਹੀ ਲੈ ਆਉਂਦੇ ਹੁੰਦੇ ਆ, ਅਤੇ ਫਿਰ ਲਾ ਗਿਆ ਬਾਬਾ ਜੀ ਲਾ ਕੇ ਸੈਟਿੰਗ ਕਰਕੇ ਚੱਲ ਜਾਂਦੇ ਆ। ਫਿਰ ਸਵੇਰੇ ਆਪਣਾ ਇੱਕ ਵਾਰੀ ਜਿਵੇਂ ਹੁੰਦਾ ਆਪਾਂ ਸਾਫ਼ ਕਰ ਦਿੰਦੇ ਹਾਂ, ਫਿਰ ਆਪਾਂ ਚੱਪਲ ਵਗੈਰਾ ਬਾਹਰ ਹੀ ਰੱਖਦੇ ਹਾਂ, ਅਤੇ ਇਹਨੂੰ ਮੈਂ ਕਿਹਾ ਚੰਗੀ ਤਰ੍ਹਾਂ ਧੋ ਕੇ ਫਿਰ ਆਪਾਂ ਨੇ ਅੱਛੀ ਤਰ੍ਹਾਂ ਇਹਨੂੰ ਵਾਈਪਰ ਮਾਰ ਦਾਂਗੇ, ਵਾਈਪਰ ਪਾ ਕੇ ਮਾਰ ਕੇ ਸੋਰੀ ਅਤੇ ਵਿਹੜਾ ਚੰਗੀ ਤਰ੍ਹਾਂ ਸੁਕਾ ਦਾਂਗੇ। ਅਤੇ ਆਹ ਦੇਖ ਲਓ ਜੀ, ਇੱਕ ਵਾਰ ਧੋਣਾ ਬਹੁਤ ਜ਼ਰੂਰੀ ਹੁੰਦਾ, ਅਤੇ ਮੈਂ ਕਿਹਾ ਚਲੋ ਧੋ ਦਿੰਦੀ ਹਾਂ ਅਤੇ ਨਾਲੇ ਤੁਹਾਡੇ ਨਾਲ ਵਲੌਗ ਦੀ ਸ਼ੁਰੂਆਤ ਕਰ ਲੈਂਦੀ ਹਾਂ। कैसे भरा जा रहा पानी? ऐसे भरते हैं? ਸੋਹਣੀਆਂ ਇੰਨੀਆਂ ਸਾਰੀਆਂ ਫੋਟੋਆਂ ਭੇਜੀਆਂ।
ਅਤੇ ਲਓ ਜੀ ਇੱਧਰ ਆ ਗਿਆ ਸੀ ਬਾਬਾ ਜੀ ਦਾ ਸਮਾਨ ਅਤੇ ਨਾ ਬਾਬਾ ਜੀ ਪਹਿਲਾਂ ਤਿਆਰੀ ਕਰਕੇ ਇੱਕ ਦਿਨ ਪਹਿਲਾਂ ਚਲ ਜਾਂਦੇ ਆ ਅਤੇ ਸਾਰੇ ਰਲ ਮਿਲ ਕੇ ਕੰਮ ਕਰ ਰਹੇ ਸੀਗੇ ਅਤੇ ਆਹ ਦੇਖੋ ਜੀ ਇੱਧਰ ਚਾਦਰਾਂ ਵਗੈਰਾ ਸੁੱਚੇ ਕੱਪੜੇ ਜਿਹੜੇ ਬਾਬਾ ਜੀ ਨੂੰ ਕੱਢ ਕੇ ਦੇਖਦੇ ਸੀਗੇ ਅਤੇ ਇੱਧਰ ਵਿਛਾਉਣ ਲੱਗੇ ਸੀ ਅਤੇ ਹੁਣ ਸ਼ਾਮ ਹੋ ਹੀ ਚੁੱਕੀ ਸੀਗੀ। ਸਵੇਰੇ ਸਵੇਰੇ ਫਿਰ ਇਹੀ ਹੁੰਦਾ ਬਾਬਾ ਜੀ ਆਪਣੇ ਆਉਂਦੇ ਆ ਨਾਲ ਜਾ ਕੇ ਫਿਰ ਦਰਬਾਰ ਸਾਹਿਬ ਲੈ ਕੇ ਆਉਂਦੇ ਹਾਂ ਅਸੀਂ ਅਤੇ ਫਿਰ ਆਪਾਂ ਪਾਠ ਦੀ ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਾਂ। ਆਪਾਂ ਇੱਧਰ ਕਰ ਰਹੇ ਸੀ ਬੱਚੇ ਆ ਗਏ ਸੀ, ਬੱਚੇ ਨਾਲ ਲਾ ਕੇ ਹੈਲਪ ਕਰ ਰਹੇ ਸੀ, ਸਾਰੇ ਜਣੇ ਰਲ ਮਿਲ ਕੇ ਕੰਮ ਕਰ ਰਹੇ ਸੀ। ਅਤੇ ਲਓ ਜੀ ਇੱਧਰ ਹੋ ਗਿਆ ਮੋਰਨਿੰਗ ਟਾਈਮ, ਸਵੇਰ ਹੋ ਗਈ ਅਗਲੇ ਦਿਨ ਦੀ ਅਤੇ ਅੱਜ ਆਉਣਾ ਬਾਬਾ ਜੀ ਨੇ ਸਾਡੇ ਘਰ ਅਤੇ ਇੱਧਰ ਬੈਠੇ ਆਪਾਂ ਪੀ ਰਹੇ ਸੀ ਚਾਹ ਅਤੇ ਆ ਦੇਖੋ ਜੀ ਦਰਬਾਰ ਸਾਹਿਬ ਲੱਗ ਚੁੱਕਾ ਸੀਗਾ। ਬਾਬਾ ਜੀ ਆਉਣੇ, ਗੁਰੂ ਗ੍ਰੰਥ ਸਾਹਿਬ ਜੀ ਹਾਲੇ ਨਹੀਂ ਆਏ ਹੈਗੇ ਅਤੇ ਬਾਬਾ ਜੀ ਨੂੰ ਨਾ ਅਸੀਂ 10 ਵਜੇ ਦਾ ਟਾਈਮ ਦਿੱਤਾ ਹੋਇਆ, ਵੈਸੇ ਬਾਬਾ ਜੀ ਤਾਂ ਜਲਦੀ ਆ ਜਾਣਗੇ। ਅਤੇ ਆ ਲਓ ਜੀ ਬੱਚੇ ਦਿਨੇ ਹਰਦੀਪ ਸਿੰਘ ਆਏ। ਅਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹਰਪ੍ਰੀਤ ਦੀ ਨਾ ਡਿਊਟੀ ਹੁੰਦੀ ਰੈਸਟੋਰੈਂਟ 'ਤੇ ਰਾਤ ਦੀ, ਆ ਆਪਣਾ ਰੈਸਟੋਰੈਂਟ ਕਈ ਵਾਰੀ ਪਹਿਲਾਂ ਮੈਂ ਤੁਹਾਨੂੰ ਦੱਸਿਆ ਨਾ ਆਪਣਾ ਚੰਡੀਗੜ੍ਹ ਮੋਹਾਲੀ 'ਚ ਰੈਸਟੋਰੈਂਟ, ਇਹ ਹੁਣ ਰਾਤ ਦੀ ਡਿਊਟੀ ਲਾ ਕੇ ਸਵੇਰੇ ਹੁਣ ਹੀ ਆਇਆ, ਜਸਟ ਇੱਥੋਂ ਲੈ ਕੇ ਆਏ ਹਾਂ ਜਾ ਕੇ ਛੱਪਰ ਤੋਂ ਇਹਨੂੰ, ਅਤੇ ਆ ਦੇਖੋ ਜੁੱਤੇ ਲੈ ਕੇ ਸਿੱਧਾ ਹੀ ਆ ਰਿਹਾ ਸੀ, ਮੈਂ ਕਿਹਾ ਪਹਿਲਾਂ ਆਪਣੇ ਜੁੱਤੇ ਲਾ ਕੇ ਆਓ ਜੀ। ਲਓ ਜੀ ਇੱਧਰ ਨਾ ਬੀਬੀਆਂ ਆ ਗਈਆਂ ਸੀ ਸਵੇਰੇ ਸਵੇਰੇ, ਬੀਬੀਆਂ ਆ ਜਾਂਦੀਆਂ ਸਾਡੇ 7 ਵਜੇ ਨਾ ਇੱਥੇ ਆ ਜਾਂਦੀਆਂ ਜਦੋਂ ਬੁਲਾਉਂਦੇ ਆ ਨਾ ਆਪਾਂ ਕੋਈ ਫੰਕਸ਼ਨ ਹੋਵੇ ਅਤੇ ਨਾਸ਼ਤੇ ਦੀਆਂ ਹੋ ਰਹੀਆਂ ਤਿਆਰੀਆਂ। ਲਓ ਜੀ ਇੱਧਰ ਬਣ ਰਹੇ ਸੀ ਨਾਸ਼ਤੇ, ਆਲੂ ਵਾਲੇ ਪਰੌਂਠੇ ਸੀ ਨਾਸ਼ਤਿਆਂ ਦੇ ਵਿੱਚ, ਮੈਂ ਕਿਹਾ ਚਲੋ ਆਲੂ ਵਾਲੇ ਪਰੌਂਠੇ ਬਣਾ ਰਹੇ ਨੇ, ਬਾਕੀ ਸਾਰੇ ਰਲ ਮਿਲ ਕੇ ਖਾ ਲੈਣਗੇ ਫਟਾਫਟ। ਅਤੇ ਫਿਰ ਬਾਬਾ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਲੈਣ ਜਾਣਾ, ਬਾਬਾ ਜੀ ਘਰ ਆਉਣਗੇ ਤੁਹਾਨੂੰ ਪਤਾ ਹੀ ਹੈ ਵਾਹਿਗੁਰੂ ਜੀ ਜਦੋਂ ਘਰ ਆਉਂਦੇ ਕਿੰਨਾ ਅੱਛਾ ਲੱਗਦਾ ਹੈ ਨਾ, ਮੈਂ ਕਿਹਾ ਫਟਾਫਟ ਨਾਸ਼ਤੇ ਦਾ ਕੰਮ ਹੋ ਜੇ ਫਿਰ ਇਹ ਸਭ ਤੋਂ ਵੱਡਾ ਕੰਮ ਹੈ ਅਤੇ ਆਪਣਾ ਨਿਬੜ ਜਾਏਗਾ, ਬਾਕੀ ਫਿਰ ਦੁਪਹਿਰ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ। ਚਾਚੇ ਨੂੰ ਪਾਣੀ ਦੇ ਦੋ, ਚਾਚੇ ਦੀ ਰੋਟੀ ਅਟਕ ਜਾਏਗੀ। ਪਰੇਸ਼ਾਨ ਹੈ
ਇਹ ਦੇਖੋ ਜੀ ਰਜਿੰਦਰ ਕੌਰ ਪੰਜਾਬੀ ਵਲੌਗ ਵਲੌਗ ਇਧਰ ਖਾਣਾ ਚੱਲ ਰਿਹਾ ਹੈ ਸਾਰੇ ਬੈਠੇ ਹੈ ਢਕ ਦਾਂਗੇ ਫਿਰ ਠੰਡਾ ਕੋਈ ਨੀ ਹੋਣਾ ਗਰਮ ਰਹਿਣਾ ਪੂਰਾ ਹਾਂ ਇਹ ਚ ਗਰਮ ਰਹੇਗਾ ਇੱਕ ਚਿਰਮਚੀ ਚ ਪਾ ਦਿੰਦੇ ਹਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ
Thank you.